ਨਾਮ ਸਤਿਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਭਉ ਨਿਰਵੈਰ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸੈਭੰ ਅਜੂਨੀ ਸੈਭੰ ਪ੍ਰਸਾਦ ਜਪ ਗੁਰਪ੍ਰਸਾਦ ਜਪ ਆਦਿ ਸੱਚ ਆਦਿ ਸੱਚ ਜੁਗਾਦ ਸੱਚ ਜੁਗਾਦ ਸੱਚ ਹੈ ਵੀ ਸੱਚ ਸੱਚ ਨਾਨਕ ਹੋਸੀ ਵੀ ਸੱਚ ਨਾਨਕ ਹੋਸੀ ਵੀ ਸੱਚ ਨਾਨਕ ਹੋਸੀ ਵੀ ਸੱਚ ਨਾਨਕ ਹੋਸੀ ਵੀ ਸੱਚ ਸੁਖ ਨਾਹੀ ਹਰ ਭਗਤ ਬਿਨਾ ਸੁਖ ਨਾਹੀ ਰੇ ਹਰ ਭਗਤ ਬਿਨਾ ਸੁਖ ਨਾਹੀ ਜੀਤ ਜਨਮ ਰਤਨ ਅਮੋਲਕ ਜੀਤ ਜਨਮ ਰਤਨ ਅਮੋਲਕ ਸਾਧ ਸੰਗਤ ਜਪ ਸਾਧ ਸੰਗਤ ਜਪ ਇੱਕ ਖਿਣਾ ਸੁਖ ਨਾਹੀ ਰੇ ਹਰ ਭਗਤ ਬਿਨਾ ਸੁਖ ਨਾਹੀ ਜੀਤ ਜਨਮ ਰਤਨ ਮੋਲਕ ਜੀਤ ਜਨਮ ਰਤਨ ਮੋਲਕ ਸਾਧ ਸੰਗਤ ਜਪ ਇੱਕ ਖਿਣਾ
ਸਾਧ ਸੰਗਤ ਜਪ ਇੱਕ ਕਿਨਾ ਸੁਖ ਨਾਹੀ ਰੇ ਹਰ ਭਗਤ ਬਿਨਾ ਸੁਖ ਨਾਹੀ ਸੁਤ ਸੰਪਤ ਬਨਤਾ ਬਿਨੋਦ ਸੁਤ ਸੰਪਤ ਬਨਤਾ ਬਿਨੋਦ ਛੋੜ ਗਏ ਤਿਆਗ ਚੱਲਿਓ ਹੈ ਮੂੜ ਨੰਗ ਤਿਆਗ ਚੱਲਿਓ ਹੈ ਮੂੜ ਨੰਗ ਸੁਖ ਨਾਹੀ ਹਰ ਰਤਨ ਅਮੋਲਕ
ਨਾਮ ਰਤਨ ਅਮੋਲਕ ਸਾਧ ਸੰਗਤ ਜਪ ਇੱਕ ਖਿਨਾ ਸਾਧ ਸੰਗਤ ਜਪ ਹਰ ਭਗਤ
ਜਨਮ ਰਤਨ ਅਮੋਲਕ ਜੀਤ ਜਨਮ ਰਤਨ ਅਮੋਲਕ ਸਾਧ ਸੰਗਤ ਜਪ ਇੱਕ ਕਿਨਾ ਸਾਧ ਸੰਗਤ ਜਪ ਇੱਕ ਕਿਨਾ ਸੁਖਨਾ ਕਿਰਪਾ ਕਰੋ
ਮਿੱਟੀ ਕਾ ਕਿਆ ਤੋਪੇ ਸਵਾਮੀ, ਮਾਟੀ ਕਾ ਕਿਆ ਕੀ ਗਤ ਏ ਮਾਨਸ ਕੀ ਗਤ ਏ ਕਿਰਪਾ ਕਰੋ ਕਿਰਪਾ ਕਰੋ ਕੋਈ ਫਿਰ ਵਿਆਪੇ
ਸਿੱਖ ਨੇ ਜਦੋਂ ਵੀ ਆਪਣੇ ਸਤਿਗੁਰੂ ਜੀ ਕੇ ਚਰਨਾਂ ਵਿੱਚ ਆਉਣਾ, ਸੇਵਕ ਨੇ ਜਦੋਂ ਵੀ ਆਪਣੇ ਸਤਿਗੁਰੂ ਦੇ ਚਰਨਾਂ ਵਿੱਚ ਆਉਣਾ, ਨਿਮਾਣਾ ਹੋ ਕੇ ਢਹਿ ਕੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ। ਕਦੇ ਵੀ ਆਪਣੇ ਜਪ ਤਪ ਸਿਮਰਨ ਭਜਨ ਪਰਉਪਕਾਰ ਪੁੰਨ ਦਾਨ ਸੇਵਾ ਸਿਮਰਨ ਦਾ ਅਹੰਕਾਰ ਨਹੀਂ ਕਰਨਾ। ਨਿਮਾਣਾ ਹੋ ਕੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ।
ਕਈ ਗੁਰੂ ਦੇ ਚਰਨਾਂ ਵਿੱਚ ਆ ਕੇ ਬੇਨਤੀ ਕਰਦੇ ਨੇ, ਮਹਾਰਾਜ ਕਿਰਪਾ ਕਰ। ਬਾਬਾ ਜੀ ਕਿਹਾ ਕਰਦੇ ਸਨ, ਜਦੋਂ ਤੂੰ ਆਪਣੇ ਦਰ ਆਪਣੇ ਸਤਿਗੁਰੂ ਦੇ ਦਰ ਤੇ ਨਿਮਣ ਹੋ ਕੇ ਆਏਗਾ, ਕਿਰਪਾ ਆਪੇ ਹੀ ਹੋ ਜਾਏਗੀ। ਕਿਉਂਕਿ ਜਿਸ ਵੇਲੇ ਬਾਰਿਸ਼ ਹੁੰਦੀ ਹੈ, ਮੂਸਲਾਧਾਰ ਮੀਂਹ ਪੈਂਦਾ ਤੇ ਪਾਣੀ ਕਿੱਥੇ ਵੱਲ ਦੌੜਦਾ, ਜਿਹੜੀਆਂ ਥਾਵਾਂ ਨੀਵੀਆਂ ਹੁੰਦੀਆਂ, ਜਿਹੜੀਆਂ ਥਾਵਾਂ ਨੀਵੀਆਂ ਹੁੰਦੀਆਂ ਨੇ ਉਹ ਭਰ ਜਾਂਦੀਆਂ, ਜਿਹੜੇ ਉੱਚੇ ਹੁੰਦੇ ਨੇ ਟਿੱਬੇ ਉਹ ਖਾਲੀ ਰਹਿ ਜਾਂਦੇ ਨੇ। ਪਿਆਰ ਨਾਲ ਜਪੋ ਸ੍ਰੀ। ਇਸ ਵਾਸਤੇ ਜਿਹਦੇ ਹਿਰਦੇ ਵਿੱਚ ਗੁਰੂ ਦੇ ਚਰਨਾਂ ਦਾ ਪਿਆਰ, ਸੇਵਾ, ਸਿਮਰਨ, ਪਰਉਪਕਾਰ, ਨਿਤਨੇਮ ਕਰਦੀਆਂ ਨਿਮਰਤਾ ਹੁੰਦੀ ਹੈ ਨਾ, ਉਹਨਾਂ ਦੇ ਹਿਰਦੇ ਵਿੱਚ ਗੁਰੂ ਨਾਨਕ ਦੀਆਂ ਬਖਸ਼ਿਸ਼ਾਂ ਆਪੇ ਆ ਕੇ ਟਿਕ ਜਾਂਦੀਆਂ ਨੇ। ਇਸ ਵਾਸਤੇ ਆਪ ਸਾਰੇ ਮਿਲ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਖੜੋ ਕੇ ਸਾਹਿਬ ਦੇ ਪਾਸੋਂ ਇਹ ਦਾਤ ਮੰਗੀਏ, ਨਿਮਾਣੇ ਮਨ ਨਾਲ ਸਾਰੇ ਜਪਿਓ ਜੀ। ਕਿਰਪਾ ਕਰੋ, ਕਿਰਪਾ ਕਰੋ, ਕਿਰਪਾ ਕਰੋ, ਕਿਰਪਾ ਕਰੋ, ਦਾਤੇ ਕਿਰਪਾ ਕਰੋ, ਦੀਨ ਕੇ ਦਾਤੇ ਕਿਰਪਾ ਕਰੋ ਜੀ, ਦੀਨ ਕਿਰਪਾ ਕਰੋ, ਕਿਰਪਾ ਕਰੋ ਗੁਰੂ ਜੀ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਕਾਚੇ ਬਾਂਡੇ ਸਾਜ ਨਿਵਾਜੇ, ਅੰਤਰੀ ਜੋਤ ਸਮਾਈ, ਜੈਸਾ ਲਿਖਤ ਲਿਖਿਆ ਤੁਰ ਕਰਤੇ, ਹਮ ਤੈਸੀ ਕਿਰਤ ਕਮਾਈ, ਮਨ ਤਨ ਥਾਪ ਕੀਆ ਸਭ ਆਪਣਾ, ਇਹੋ ਆਵਣ ਜਾਣਾ, ਮਨ ਤਨ ਥਾਪ ਕੀਆ ਸਭ ਆਪਣਾ, ਇਹੋ ਆਵਣ ਜਾਣਾ, ਜਿਨ ਦੀਆ ਸੋ ਚਿਤ ਨ ਆਵੇ, ਮੋਹੇ ਅੰਧ ਲਪਟਾਣਾ, ਜਿਨ ਕੀਆ ਸੋਈ ਪ੍ਰਭ ਜਾਣੇ, ਜਿਨ ਕੀਆ ਸੋਈ ਪ੍ਰਭ ਜਾਣੇ, ਹਰ ਕਾ ਮਹਿਲ ਅਪਾਰਾ, ਭਗਤ ਕਰੀ ਹਰ ਕੇ ਗੁਣ।
ਗੁਣ ਗਾਵਾਂ ਨਾਨਕ ਦਾਸ ਤੁਮਾਰਾ ਕਿਰਪਾ ਕਰੋ ਕਿਰਪਾ ਕਰੋ ਜੀ ਦੀਨ ਕੇ ਦਾਤੇ ਕਿਰਪਾ ਕਰੋ ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ ਮੇਰਾ ਗੁਣ ਕਿਰਪਾ ਕਰੋ ਕਿਰਪਾ ਕਰੋ ਗੁਰੂ ਦੇ ਦਰ ਤੇ ਜਦੋਂ ਵੀ ਆਈਏ ਸਦਾ ਨਿਮਾਣੇ ਹੋ ਕੇ ਸਦਾ ਆਪੇ ਨੂੰ ਮਿਟਾ ਕੇ ਆਈ ਇੱਕ ਮਹਾਂਪੁਰਖ ਸਤਪੁਰਖ ਜਿਸ ਵੇਲੇ ਭਗਵਾਨ ਜੀ ਦੇ ਸਾਹਮਣੇ ਖੜੋਤੇ ਤਾਂ ਅਰਦਾਸ ਕੀਤੀ ਹੈ ਪ੍ਰਭੂ ਦੁਨੀਆਂ ਦੇ ਲੋਕ ਮੈਂ ਦੇਖ ਰਿਹਾ ਕੋਈ ਮੰਦਿਰ ਵਿੱਚ ਜਾ ਰਿਹਾ ਕੋਈ ਮਸਜਿਦ ਵਿੱਚ ਜਾ ਰਿਹਾ ਕੋਈ ਗੁਰੂ ਕੇ ਘਰ ਜਾ ਰਿਹਾ ਗੁਰਦੁਆਰੇ ਵਿੱਚ ਤੇ ਜਾ ਕੇ ਕੁਝ ਨਾ ਕੁਝ ਆਪਣੇ ਇਸ਼ਟ ਦੇਵ ਦੇ ਅੱਗੇ ਭੇਟਾ ਰੱਖ ਰਹੇ ਹਨ ਪਰ ਮੈਂ ਦੇਖ ਰਿਹਾ ਜੋ ਕੁਝ ਵੀ ਦੁਨੀਆਂ ਤੈਨੂੰ ਮੱਥਾ ਟੇਕ ਰਹੀ ਹੈ ਉਹ ਤੇਰੇ ਦਿੱਤਿਆਂ ਵਿੱਚੋਂ ਹੀ ਮੱਥਾ ਟੇਕ ਰਹੀ ਹੈ ਪਰ ਜੋ ਮੈਂ ਤੈਨੂੰ ਦੇਣ ਆਇਆ हे प्रभु ओ तेरा दिता नहीं ओ मेरा कमाया हो परमात्मा पुछन लगे भी तू की कमाया आख्या रब जी जितने मैं पाप कमाए खाना गुनाह कीते हैं ओ मैं तेनू पेटा करन आया विचारन करो श्री क्योंकि तू तो अमोलक स्वास दिते सन नाम जपन वास्ते पर मैं उना स्वासा नाल गुनाह कीते ਇਸ ਵਾਸਤੇ ਮੈਂ ਤੇਰੇ ਦਰ ਤੇ ਤੇਰੇ ਪਾਸ ਆਪਣੇ ਗੁਨਾਹ ਦੇਣ ਆਇਆ ਧੰਨ ਬਾਬਾ ਨਾਨਕ ਸਿੰਘ ਜੀ ਬਚਨ ਕਰਦੇ ਸਨ ਜਦੋਂ ਵੀ ਅਰਦਾਸ ਕਰੋ ਆਖੋ ਗੁਰੂ ਨਾਨਕ ਪੁੰਨ ਵੀ ਤੇਰੇ ਪਾਪ ਵੀ ਤੇਰੇ ਪੁੰਨ ਦਾਨ ਕੀਤੇ ਉਹ ਵੀ ਤੇਰੇ ਪਾਪ ਵੀ ਤੇਰੇ ਤੇ ਮੈਂ ਵੀ ਤੇਰਾ ਜਦੋਂ ਗੁਰੂ ਨਾਨਕ ਆਪਣਾ ਬਣਾ ਲਏਗਾ ਨਾ ਤੇ ਫਿਰ ਲੇਖਾ ਹੀ ਫਟ ਜਾਣਾ ਆਖੋ ਸ੍ਰੀ ਪਰ ਲੇਖੇ ਉਹਨਾਂ ਦੇ ਫਟਦੇ ਨੇ ਜਿਹੜੇ ਨਿਮਾਣੇ ਹੋ ਕੇ ਮਨ ਕਰਕੇ ਅਰਦਾਸ ਕਰਦੇ ਨੇ ਕਿਰਪਾ ਕਰੋ ਕਿਰਪਾ ਕਰੋ ਕਿਰਪਾ ਕਰੋ ਕਿਰਪਾ ਕਰੋ ਦੀਨ ਕੇ ਦਾਤੇ ਕਿਰਪਾ ਕਰੋ ਦੀਨ ਕੇ ਦਾਤੇ ਕਿਰਪਾ ਕਰੋ ਕਿਰਪਾ ਕਰੋ ਗੁਰੂ ਜੀ ਕਿਰਪਾ ਕਰੋ ਕਿਰਪਾ ਕਰੋ ਜੀ ਕਿਰਪਾ ਕਰੋ
ਸਾਰੇ ਬੋਲੋ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਸਾਰੇ ਕਿਰਪਾ ਕਰ ਵਾਹਿਗੁਰੂ 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 ਸਿਮਰੋ ਵਾਹਿਗੁਰੂ ਕਿਰਪਾ ਕਰੋ ਕਿਰਪਾ ਕਰੋ ਵਾਹਿਗੁਰੂ ਜੀ ਮਹਾਰਾਜ ਸਨ ਸੁਜਾਨ ਸਿੰਘ ਜੀ ਇੱਕ ਬਚਨ ਸੁਣਾਉਂਦੇ ਸਨ ਬਾਬਾ ਜੀ ਦਾ ਦੋ ਰਿਖੀ ਸਨ ਤਪਸਵੀ ਸਨ ਦੋ ਬੜੀ ਤਪੱਸਿਆ ਕੀਤੀ ਉਹਨਾਂ ਨੇ ਦੋਨੋ ਤਪਸਵੀਆਂ ਕੋ ਭਗਵਾਨ ਜੀ ਦੇ ਦਰਸ਼ਨ ਹੋਏ ਭਗਵਾਨ ਜੀ ਪੁੱਛਣ ਲੱਗੇ ਪਹਿਲੇ ਤਪਸਵੀ ਨੂੰ ਬਈ ਮੰਗ ਕੀ ਮੰਗਦਾ ਉਹਨੇ ਆਖਿਆ ਮਹਾਰਾਜ ਜੀ ਹੇ ਪ੍ਰਭੂ ਮੈਂ ਤਾਂ ਕੁਛ ਵੀ ਨਹੀਂ ਕੀਤਾ ਮੈਂ ਤਾਂ ਤੇਰੇ ਦਰ ਤੇ ਅਰਦਾਸ ਕਰਨਾ ਏਡੀ ਭਗਤੀ ਕਰਕੇ ਵੀ ਭਗਵਾਨ ਜੀ ਕਹਿਣ ਲੱਗੇ ਤੂੰ ਆਖਣਾ ਮੈਂ ਕੁਝ ਨਹੀਂ ਕੀਤਾ ਤੈਨੂੰ ਤੇਰੀ ਤਪੱਸਿਆ ਕਾ ਫਲ ਦੇਵਾਂ ਜਾਂ ਬਖਸ਼ਿਸ਼ ਦੇਵਾਂ ਉਹਨੇ ਆਖਿਆ ਮਹਾਰਾਜ ਜੀ ਮੈਂ ਕੁਝ ਨਹੀਂ ਕੀਤਾ ਮੈਨੂੰ ਤਾਂ ਕਿਰਪਾ ਕਰੋ ਆਪਣੀ ਬਖਸ਼ਿਸ਼ ਦੇ ਦਿਓ ਭਗਵਾਨ ਖੁਸ਼ ਹੋ ਗਏ ਬਈ ਏਡਾ ਕੁਝ ਕਰਨ ਤੋਂ ਬਾਅਦ ਵੀ ਮੇਰੀ ਬਖਸ਼ਿਸ਼ ਮੰਗ ਰਿਹਾ ਆਖਣ ਲੱਗੇ ਬੈਕੁੰਠ ਦੇ ਦਰਗਾਹ ਦੇ ਬੂਹੇ ਖੋਲ੍ਹ ਦਿਓ ਰਿਖੀ ਨੂੰ ਉੱਥੇ ਭੇਜ ਦਿਓ ਇਸ ਤਪਸਵੀ ਕੋ ਦਰਗਾਹ ਵਿੱਚ ਭੇਜ ਦਿਓ ਆਖਰ ਸ੍ਰੀ ਦੂਜੇ ਤਪਸਵੀ ਨੇ ਮਨ ਵਿੱਚ ਸੋਚਿਆ ਬਈ ਪਹਿਲੇ ਨੇ ਕੁਝ ਨਹੀਂ ਕੀਤਾ ਤੇ ਭਗਵਾਨ ਨੇ ਦਰਗਾਹ ਵਿੱਚ ਭੇਜ ਦਿੱਤਾ ਇਹਨੂੰ ਤੇ ਮੈਂ ਤਾਂ ਸਵਾਸ ਸਵਾਸ ਭਗਵਾਨ ਨੂੰ ਜਪਿਆ ਭਗਵਾਨ ਜੀ ਪੁੱਛਣ ਲੱਗੇ ਦੂਜੇ ਤਪਸਵੀ ਨੂੰ ਬਈ ਤੂੰ ਮੰਗ ਕੀ ਮੰਗਦਾ ਉਹਨੇ ਆਖਿਆ ਮਹਾਰਾਜ ਮੈਂ ਤੁਹਾਡਾ ਸਵਾਸ ਸਵਾਸ ਨਾਮ ਜਪਿਆ ਭਗਤੀ ਕੀਤੀ ਹੈ ਸ਼ੁਭ ਕਰਮ ਕੀਤੇ ਹਨ ਭਗਵਾਨ ਕਹਿਣ ਲੱਗੇ ਫਲ ਚਾਹੀਏ ਕਿ ਬਖਸ਼ਿਸ਼ ਚਾਹੀਏ ਕਹਿਣ ਲੱਗਾ ਜੀ ਮੈਨੂੰ ਤਾਂ ਮੇਰੀ ਕੀਤੀ ਹੋਈ ਤਪੱਸਿਆ ਕਾ ਫਲ ਦਿਓ ਕਹਿਣ ਲੱਗੇ ਠੀਕ ਹੈ ਫਲ ਚਾਹੀਦਾ ਤੇ ਮੰਗ ਲੈ ਫਿਰ ਰਿਖੀ ਮੰਗਣ ਲੱਗਾ ਪਿੱਛੋਂ ਆਵਾਜ਼ ਆਈ ਮਹਾਰਾਜ ਹੇ ਪ੍ਰਭੂ ਠਹਿਰ ਜਾਓ ਹੁਣ ਜੇ ਲੇਖਾ ਹੀ ਹੋਣ ਲੱਗਾ ਤਾਂ ਮੇਰਾ ਵੀ ਲੇਖਾ ਇਸ ਰਿਖੀ ਨਾਲ ਤਪਸਵੀ ਨਾਲ ਮੁਕਾ ਦਿਓ ਪਹਿਲਾਂ ਤੂੰ ਕੌਣ ਹੈ ਆਖਿਆ ਮੈਂ ਉਹ ਪੱਥਰ ਕੀ ਸਿਲਾ ਹਾਂ ਜਿਸ ਉੱਪਰ ਬੈਠ ਕੇ ਇਸ ਤਪਸਵੀ ਨੇ 100 ਵਰਸ਼ ਤਪੱਸਿਆ ਕੀਤੀ ਇਹਨੂੰ ਪੁੱਛੋ ਬਈ 100 ਸਾਲ ਤੂੰ ਆਪਣਾ ਭਾਰ ਮੇਰੇ ਤੇ ਪਾਇਆ ਮੈਨੂੰ ਗੰਦਾ ਕੀਤਾ ਤੇ ਤੂੰ ਜਿਸ ਵੇਲੇ ਕੁਝ ਲੈਣ ਦਾ ਵੇਲਾ ਆਇਆ ਤਾਂ ਆਪਣੇ ਲਈ ਮੰਗ ਰਿਹਾ ਮੇਰਾ ਭਲਾ ਕੀ ਕੀਤਾ ਤੂੰ ਵਿੱਚ ਅੱਖ ਸ੍ਰੀ
ਮੈਨੂੰ ਤਾਂ ਮਹਾਰਾਜ ਪਹਿਲਾਂ ਇਹਦੇ ਨਾਲ ਹਿਸਾਬ ਚੁਕਤਾ ਕਰ ਦਿਓ ਤੇ ਫਿਰ ਪਿੱਛੋਂ ਇਹਨੂੰ ਫਲ ਦਿਓ। ਭਗਵਾਨ ਕਹਿਣ ਲੱਗੇ ਠੀਕ ਹੈ, 100 ਸਾਲ ਇਸ ਪੱਥਰ ਕੀ ਸਿਲਾ ਕੋ ਇਸ ਤਪਸਵੀ ਦੇ ਸਿਰ ਦੇ ਉੱਤੇ ਰੱਖੋ, ਹਿਸਾਬ ਮੁੱਕ ਜਾਵੇ ਤੇ ਫਿਰ ਫਲ ਦੇਣ ਆਵਾਂਗਾ। ਅੱਖ ਸ੍ਰੀ ਉਹ ਤਪਸਵੀ ਤਾਂ ਧਰਤੀ ਤੇ ਲੰਮਾ ਪੈ ਗਿਆ। ਕਹਿਣ ਲੱਗਾ ਮਹਾਰਾਜ ਮੈਨੂੰ ਬਖਸ਼ ਲਓ, ਮੈਨੂੰ ਫਲ ਨਹੀਂ ਚਾਹੀਦਾ, ਮੈਨੂੰ ਤੁਹਾਡੀ ਬਖਸ਼ਿਸ਼ ਚਾਹੀਦੀ ਹੈ। ਉਚਾਰਨ ਕਰੋ ਸ੍ਰੀ ਬਾਬਾ ਜੀ ਕਿਆ ਕਰਦੇ ਸਨ, ਹੇ ਗੁਰੂ ਨਾਨਕ ਸਾਡੇ ਜਪ ਤਪ ਸਿਮਰਨ ਭਜਨ ਪੁੰਨ ਦਾਨ ਸਾਡਾ ਨਿਤਨੇਮ ਵੱਡਾ ਨਹੀਂ, ਤੇਰੀ ਬਖਸ਼ਿਸ਼ ਵੱਡੀ ਹੈ। ਇਸ ਵਾਸਤੇ ਗੁਰੂ ਦੇ ਦਰ ਤੇ ਜਦੋਂ ਆਈਏ ਮਾਲਕ ਦੀ ਗੁਰੂ ਜੀ ਦੀ ਬਖਸ਼ਿਸ਼ ਮੰਗੀਏ ਜੀ। ਕਿਰਪਾ ਕਰੋ, ਕਿਰਪਾ ਕਰੋ, ਕਿਰਪਾ ਕਰੋ, ਕਿਰਪਾ ਕਰੋ। ਸਾਰੇ ਕਿਰਪ ਜਪ ਦੀਨ ਕੇ ਦਾਤੇ ਕਿਰਪਾ ਕਰੋ, ਮੇਰਾ ਗੁਣ ਆਵ ਗੁਣ ਨਾ ਵਿਚਾਰੋ ਕੋਈ, ਮੇਰਾ ਗੁਣ ਆਵ ਗੁਣ ਕੋਈ, ਕਿਰਪਾ ਕਰੋ, ਕਿਰਪਾ ਕਰੋ ਵਾਹਿਗੁਰੂ ਜੀ। ਸ਼੍ਰੀ ਰਾਮ ਚੰਦਰ ਜੀ ਤੇ ਸੀਤਾ ਜੀ ਆਪਣੇ ਕਮਰੇ ਵਿੱਚ ਰਾਤ ਨੂੰ ਆਰਾਮ ਕਰ ਰਹੇ ਸਨ। ਇੰਦਰ ਦਾ ਪੁੱਤਰ ਜਯੰਤ, ਜਿਸ ਵੇਲੇ ਉਹਨੇ ਇੱਕ ਕੌਵੇ ਦਾ ਰੂਪ ਧਾਰ ਕੇ ਖਿੜਕੀ ਵਿੱਚੋਂ ਤੱਕਿਆ ਤੇ ਆਖਦਾ ਇਹ ਰਾਮ ਅਵਤਾਰ ਹੈ ਕਿ ਰਾਮ ਕਾਮੀ ਹੈ। ਉਚਾਰਨ ਕਰੋ ਸ੍ਰੀ ਤੇ ਆ ਕੇ ਉਸਨੇ ਸੀਤਾ ਜੀ ਦੇ ਚਰਨਾਂ ਵਿੱਚ ਚੁੰਝ ਮਾਰੀ ਤੇ ਰਾਮ ਜੀ ਨੇ ਦੇਖਿਆ ਵੀ ਇੱਕ ਕੌਆ ਚੁੰਝ ਮਾਰ ਰਿਹਾ ਸੀਤਾ ਦੇ ਚਰਨ ਵਿੱਚ। ਉਹਨਾਂ ਨੇ ਇੱਕ ਤੀਲਾ ਚੁੱਕਿਆ ਤੇ ਕੌਏ ਵੱਲ ਸੁੱਟ ਦਿੱਤਾ ਤੇ ਉਹ ਤੀਲਾ ਸ਼ੁਕਦਾ ਹੋਇਆ ਤੀਰ ਦਾ ਰੂਪ ਬਣ ਕੇ ਉਸ ਕੌਏ ਦੇ ਉੱਪਰ ਆਇਆ। ਕੌਆ ਅੱਗੇ ਅੱਗੇ ਜੋ ਇੰਦਰ ਦਾ ਪੁੱਤਰ ਜਯੰਤ ਸੀ ਉਹ ਅੱਗੇ ਅੱਗੇ ਤੇ ਤੀਰ ਵਾਂਗੂ ਉਹ ਤੀਲਾ ਪਿੱਛੇ ਪਿੱਛੇ ਅੱਗ ਦਾ ਰੂਪ ਧਾਰ ਕੇ ਆ ਰਿਹਾ ਬਈ ਹੁਣ ਇਹਨੂੰ ਭਸਮ ਕਰਨਾ। ਜਯੰਤ ਦਾ ਜਿਹੜਾ ਰੂਪ ਸੀ ਕੌਏ ਦਾ ਸੀ ਉਸ ਵੇਲੇ, ਇੰਦਰ ਦਾ ਪੁੱਤਰ ਸੀ, ਕਈ ਥਾਵਾਂ ਤੇ ਗਿਆ ਪਰ ਕਿਸੇ ਨੇ ਉਸਨੂੰ ਨਹੀਂ ਰੱਖਿਆ ਬਈ ਅਸੀਂ ਰਾਮ ਜੀ ਦੇ ਦੋਸ਼ੀ ਨੂੰ ਕੋਲ ਨਹੀਂ ਰੱਖ ਸਕਦੇ। ਪਿਆਰ ਨੂੰ ਜਪੋ ਸ੍ਰੀ। ਜਿਸ ਵੇਲੇ ਸਭ ਪਾਸੋਂ ਹਾਰ ਗਿਆ ਤੇ ਰਸਤੇ ਵਿੱਚ ਨਾਰਦ ਜੀ ਮਿਲ ਗਏ, ਮਹਾਂਪੁਰਖ ਜੁਗਤੀਆਂ ਦੇਣ ਦੇਣ ਤੇ ਜੁਗਤੀਆਂ ਵਿੱਚ ਮੁਕਤੀ ਹੋ ਜਾਂਦੀ ਹੈ। ਅੱਖ ਸ੍ਰੀ। ਨਾਰਦ ਜੀ ਕਹਿਣ ਲੱਗੇ ਜਯੰਤ ਕਿੱਥੇ ਦੌੜੀ ਜਾਣਾ, ਆਖਿਆ ਰਾਮ ਜੀ ਕਾ ਤੀਰ ਮੇਰੇ ਪਿੱਛੇ ਆ ਰਿਹਾ ਸ਼ੁਕ ਦਾ, ਜੇ ਮੈਂ ਰੁਕ ਗਿਆ ਤੇ ਮੈਨੂੰ ਇੱਥੇ ਹੀ ਭਸਮ ਕਰ ਦੇ। ਗੱਲ ਕੀ ਹੈ? ਉਹਨੇ ਆਖਿਆ ਮੈਂ ਸੀਤਾ ਜੀ ਕੇ ਚਰਨਾਂ ਵਿੱਚ ਚੁੰਝ ਮਾਰੀ ਤੇ ਉਹਨਾਂ ਇੱਕ ਤੀਲਾ ਮੇਰੇ ਪਿੱਛੇ ਸੁੱਟਿਆ ਜੋ ਤੀਰ ਵਾਂਗੂ ਅੱਗ ਦਾ ਰੂਪ ਧਾਰ ਕੇ ਮੇਰੇ ਪਿੱਛੇ ਆ ਰਿਹਾ।
ਹੁਣ ਮੇਰਾ ਬਚਣਾ ਮੁਸ਼ਕਿਲ ਹੈ। ਮੈਂ ਸੋਚਿਆ ਬਈ ਰਾਮ ਅਵਤਾਰਕ ਹੈ, ਇਹ ਤਾਂ ਸਾਡੇ ਵਾਂਗੂ ਗ੍ਰਸਤੀ ਬਣਿਆ ਹੋਇਆ। ਆਖਰ ਸ੍ਰੀ ਨਾਰਦ ਜੀ ਕਹਿਣ ਲੱਗੇ, ਕੋਈ ਗੱਲ ਨੀ, ਤੂੰ ਔਰਤਾਂ ਇਸ ਵੇਲੇ ਤੈਨੂੰ ਕੋਈ ਨਹੀਂ ਬਚਾਏਗਾ, ਤੂੰ ਰਾਮ ਜੀ ਕੀ ਸ਼ਰਨ ਵਿੱਚ ਜਾ, ਧਿਆਨ ਦੇਣਾ। ਜਯੰਤ ਕਹਿਣ ਲੱਗਾ, ਇਹ ਤਾਂ ਤੀਰ ਹੀ ਉਹਨਾਂ ਨੇ ਭੇਜਿਆ ਮੈਨੂੰ ਮਾਰਨ ਲਈ, ਤੇ ਮੈਂ ਉਹਨਾਂ ਦੀ ਸ਼ਰਨ ਵਿੱਚ ਜਾਵਾਂ ਤੇ ਉਹਨਾਂ ਨੇ ਮੈਨੂੰ ਵੈਸੇ ਹੀ ਮਾਰ ਦੇਣਾ। ਉਹਨਾਂ ਆਖਿਆ, ਨਹੀਂ ਮੈਂ ਤੈਨੂੰ ਇੱਕ ਜੁਗਤੀ ਦੱਸਣਾ। ਨਾਰਦ ਜੀ ਨੇ ਆਖਿਆ, ਮੈਂ ਤੁਝੇ ਇੱਕ ਜੁਗਤੀ ਬਤਾਤਾ ਹੂੰ, ਤੂੰ ਉਹ ਕਰ ਲੈ, ਤੈਨੂੰ ਰਾਮ ਜੀ ਕੁਝ ਨਹੀਂ ਕਹਿਣਗੇ। ਤੂੰ ਜਾ ਕੇ ਆਖੀ, ਮਹਾਰਾਜ ਮੈਂ ਇਸ ਵਾਸਤੇ ਭੁੱਲ ਕੀਤੀ ਇਹ ਵਾਲੀ ਸੀਤਾ ਜੀ ਕੇ ਚਰਨਾਂ ਵਿੱਚ ਚੁੰਝ ਮਾਰੀ ਆਪਣੀ, ਕਿ ਮੈਂ ਆਪਕਾ ਪ੍ਰਭਾਵ ਦੇਖਣਾ ਚਾਹਤਾ ਥਾ, ਕਿ ਤੁਹਾਡਾ ਪ੍ਰਭਾਵ ਕੈਸਾ, ਤੇ ਮੈਂ ਤੁਹਾਡਾ ਪ੍ਰਭਾਵ ਜਿਸ ਵੇਲੇ ਦੇਖਿਆ ਬਈ ਤਿੰਨਾਂ ਲੋਕਾਂ ਵਿੱਚ ਮੈਨੂੰ ਕਿਸੇ ਨਹੀਂ ਰੱਖਿਆ। ਤੇ ਕਹਿਣ ਲੱਗੇ, ਜਦੋਂ ਹੁਣ ਜਾ ਕੇ ਚਰਨਾਂ ਤੇ ਟਵੀ ਨਾ, ਤੇ ਉਹ ਪੁੱਛਣਗੇ ਹੁਣ ਕਿਉਂ ਆਇਆ, ਉਹਨਾਂ ਆਖਣਾ ਅਬ ਕਿਉਂ ਆਏ ਹੋ ਇੱਧਰ, ਤੇ ਤੂੰ ਆਖੀ ਮਹਾਰਾਜ ਜੀ ਪਹਿਲਾਂ ਮੈਂ ਤੁਹਾਡਾ ਪ੍ਰਭਾਵ ਵੇਖਣਾ ਸੀ, ਹੁਣ ਤੁਹਾਡਾ ਸੁਭਾਅ ਵੇਖਣਾ। ਉਚਾਰਨ ਕਰੋ ਸ੍ਰੀ, ਹੁਣ ਵੇਖੋ ਮਹਾਂਪੁਰਖ ਜੁਗਤੀਆਂ ਦੱਸ ਦਿੰਦੇ ਨੇ। ਜਿਸ ਵੇਲੇ ਜੁਗਤੀ ਲਈ ਜਯੰਤ ਨੇ, ਤੇ ਹੁਣ ਅੱਗੇ ਅੱਗੇ ਕਉਏ ਰੂਪ ਵਿੱਚ ਜਯੰਤ, ਤੇ ਪਿੱਛੇ ਪਿੱਛੇ ਰਾਮ ਜੀ ਦਾ ਉਤੀਰ ਅੱਗ ਦਾ ਗੋਲਾ ਬਣੇ, ਜਾ ਕੇ ਚਰਨਾਂ ਤੇ ਡੱਠਾ ਰਾਮ ਜੀ ਦੇ, ਮਹਾਰਾਜ ਬਖਸ਼ ਲਓ ਬਖਸ਼ ਲਓ। ਰਾਮ ਜੀ ਕਹਿਣ ਲੱਗੇ, ਫਿਰ ਪਹਿਲਾਂ ਕਿਉਂ ਗਲਤੀ ਕੀ? ਕਹਿਣ ਲੱਗਾ, ਮਹਾਰਾਜ ਜੀ ਆਪਕਾ ਪ੍ਰਭਾਵ ਦੇਖਣਾ ਥਾ, ਪਰ ਦੇਖਿਆ ਬਈ ਜਿਸ ਨੂੰ ਤੁਸੀਂ ਮਾਰਨਾ ਚਾਹੋ ਉਹਨੂੰ ਕੋਈ ਨਹੀਂ ਬਚਾ ਸਕਦਾ। ਆਖੋ ਸ੍ਰੀ, ਤੇ ਹੁਣ ਕਿਉਂ ਆਇਆ? ਆਖਿਆ, ਮਹਾਰਾਜ ਉਹ ਪ੍ਰਭਾਵ ਵੇਖਣਾ ਸੀ, ਤਿੰਨਾਂ ਲੋਕਾਂ ਵਿੱਚ ਦੇਖ ਲਿਆ, ਤੁਹਾਡੇ ਵਰਗਾ ਕੋਈ ਨਹੀਂ, ਤੇ ਹੁਣ ਕਿਉਂ ਆਇਆ ਸ਼ਰਨ ਵਿੱਚ? ਆਖਿਆ, ਹੁਣ ਤੁਹਾਡਾ ਸੁਭਾਅ ਦੇਖਣਾ। ਤੇ ਰਾਮ ਜੀ ਨੇ ਆਖਿਆ, ਫਿਰ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਮੇਰਾ ਸੁਭਾਅ ਹੈ, ਜਿਹੜਾ ਆ ਜਾਵੇ ਸ਼ਰਨ ਵਿੱਚ ਕਹਿ ਦੇਵੇ ਟਹਿ ਕੇ ਭੁੱਲ ਕੇ ਇੱਕ ਵੇਰਾ ਮੈਨੂੰ ਬਖਸ਼ ਲੈ। ਬਾਬਾ ਜੀ ਕਿਆ ਕਰਦੇ ਸਨ, ਫਿਰ ਤੇਰੇ ਟਹਿਣ ਵਿੱਚ ਤਾਂ ਦੇਰੀ ਹੈ, ਉਸਨੂੰ ਬਖਸ਼ਣ ਵਿੱਚ ਕੋਈ ਦੇਰ ਨਹੀਂ। ਅੱਖ ਸ੍ਰੀ, ਕੌਡਾ ਸੀ ਜੋ ਕੌਡੀਆਂ ਦਾ ਲੱਖਾਂ ਦਾ ਬਣਾਏ ਦਿੱਤਾ, ਗੁਰੂ ਨਾਨਕ ਸਾਹਿਬ ਨੇ ਕਿਸੇ ਦਾ ਔਗਣ ਨਹੀਂ ਚਿਤਾਰਿਆ। ਪਿਆਰ ਨਾਲ ਜਪੋ ਸ੍ਰੀ, ਕਲ ਯੁਗ ਦੇ ਅਵਤਾਰ ਸ੍ਰੀ ਗੁਰੂ ਨਾਨਕ ਦੇਵ ਜੀ, ਕਿੱਡੀ ਨਿਮਰਤਾ! ਸੱਜਣ ਮਾਰਨ ਦੀਆਂ ਸੋਚ ਰਿਹਾ, ਤੇ ਗੁਰੂ ਨਾਨਕ ਸਾਹਿਬ ਸ਼ਬਦ ਦਾ ਦਾਨ ਦੇ ਕੇ ਉਹਨੂੰ ਜੀਵਾਣ ਜੀਵਾਂਦੇ ਪੈਣ। ਕੌਡਾ ਸੀ ਜੋ ਕੌਡੀਆਂ ਦਾ ਲੱਖਾਂ ਦਾ ਬਣਾਏ ਦਿੱਤਾ, ਚੋਰ ਮਨ ਹੋਰ ਹੋਏ ਰੋਏ ਕੇ ਪੁਕਾਰਿਆ, ਸੱਜਣ ਦੇ ਨਾਮ ਹੇਠਾਂ ਠੱਗਦਾ ਜਹਾਨ ਸਾਰਾ, ਠੱਗਿਆ ਗਿਆ ਆਪ ਹੱਥ ਕੰਨਾਂ ਨੂੰ ਲਗਾ ਲਿਆ, ਹੋਈ ਸ਼ਰਮ ਸਾਰੀ ਜਿਹੜੀ ਵੱਲੀ ਕੰਧਾਰੀ ਤਾਂ ਹੀ ਇੱਕ ਹੱਥ ਨਾਲ ਜਾਂ ਪਹਾੜੀ ਨੂੰ ਖਿਲਾਰਿਆ। ਕਿਹੜੇ ਕਿਹੜੇ ਦੱਸਾਂ ਜਿਹੜੇ ਕਿਰਤੀ ਗਰੀਬ ਤਾਰੇ, ਉਵੇਂ ਕਿਵੇਂ ਤਾਰੋ ਜਿਵੇਂ ਲਾਲੋ ਤਾਈ ਤਾਰਿਆ। ਇਹ ਗੁਰੂ ਨਾਨਕ, ਜਿਵੇਂ ਸੱਜਣ ਠੱਗ ਭੂਮੀਏ ਚੋਰ ਕੌਡਾ ਰਾਕਸ਼ ਡਿਪਾਲਪੁਰ ਦਾ ਕੌੜੀ ਵਲੀ ਕੰਧਾਰੀ ਨੂੰ ਤਾਰੀਏ, ਅਸੀਂ ਵੀ ਉਸ ਤੋਂ ਵੱਧ ਕੇ ਗੁਨਾਹਗਾਰ ਹਾਂ। ਕਿਰਪਾ ਕਰ ਜਿਵੇਂ ਉਹਨਾਂ ਨੂੰ ਤਾਰੀਏ, ਅਸੀਂ ਵੀ ਉਸੇ ਪਾਰਟੀ ਦੇ ਹਾਂ, ਸਾਨੂੰ ਵੀ ਬਖਸ਼ ਲੈ। ਸਾਡੇ ਜਪ ਤਪ ਸਿਮਰਨ ਭਜਨ ਨਿਤਨੇਮ ਵੱਡੇ ਨਹੀਂ ਗੁਰੂ ਨਾਨਕ,
ਤੇਰੀ ਬਖਸ਼ਿਸ਼ ਵੱਡੀ ਹੈ। ਸਾਰੇ ਇੱਕ ਵਾਰੀ ਅੱਖ ਕਿਰਪਾ ਕਰੋ, ਕਿਰਪਾ ਕਰੋ, ਕਿਰਪਾ ਕਰੋ, ਕਿਰਪਾ ਕਰੋ, ਸਾਰੇ ਜਪੋ ਕੇ ਦਾਤੇ ਕਿਰਪਾ ਕਰੋ, ਗੁਣ ਅਵ ਗੁਣ ਨਾ ਵਿਚਾਰੋ ਕੋਈ ਮੇਰਾ, ਮੇਰਾ ਗੁਣ ਅਵ ਗੁਣ ਨਾ ਵਿਚਾਰੋ ਕੋਈ ਮੇਰਾ, ਕੋਈ ਕਿਰਪਾ ਕਰੋ, ਕਿਰਪਾ ਕਰੋ, ਮਾਟੀ ਕਾ ਕਿਆ ਤੋਪੈ ਸਵਾਮੀ, ਮਾਟੀ ਕਾ ਕਿਆ ਤੋਪੈ ਸਵਾਮੀ, ਮਾਨਸ ਕੀ ਗੱਲ ਕੀ ਗੱਲ ਏਗੀ, ਕਿਰਪਾ ਕਰੋ, ਕਿਰਪਾ ਕਰੋ ਵਾਹਿਗੁਰੂ ਜੀ, ਮੇਰੇ ਰਾਮ, 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 ਕਿਰਪਾ ਕਰੋ, ਕਿਰਪਾ ਕਰੋ ਵਾਹਿਗੁਰੂ ਜੀ, ਸਤਨਾਮ ਵਾਹਿਗੁਰੂ, 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 ਸਿਮਰੋ ਵਾਹਿਗੁਰੂ, ਕਿਰਪਾ ਕਰੋ, ਕਿਰਪਾ ਕਰੋ, ਕਿਰਪਾ ਕਰੋ, ਕਿਰਪਾ ਕਰੋ ਵਾਹਿਗੁਰੂ, ਪਰਚੈ ਰਾਮ ਰਵੈ ਜੋ ਕੋਈ, ਪਰਚੈ ਪਰਚੈ ਰਾਮ ਰਵੈ ਜੋ ਕੋਈ,
ਪਾਰਸ ਪਰਸੈ ਦੁਬਿਧਾ ਨ ਹੋਈ ਰਾਮ ਰਵੈ ਜੋ ਕੋਈ ਪਰਚੈ ਰਾਮ ਰਵੈ ਜੋ ਕੋਈ ਪਰਚੈ ਰਾਮ ਰਵੈ ਪਾਰਸ ਪਰਸੈ ਦੁਬਿਧਾ ਨ ਹੋਈ ਪਾਰਸ ਪਰਸੈ ਦੁਬਿਧਾ ਨ ਹੋਈ ਰਾਮ ਰਵੈ ਜੋ ਕੋਈ ਪਰਚੈ ਰਾਮ ਰਵੈ ਜੋ ਕੋਈ ਪਰਚੈ ਪਰਸੈ ਦੁਬਿਧਾ ਨ ਹੋਈ ਰਾਮ ਰਵੈ ਜੋ ਕੋਈ ਪਰਚੈ ਰਾਮ ਰਵੈ ਜੋ ਕੋਈ ਪਰਚੈ ਮਨ ਕੀ ਦੁਬਿਧਾ ਖਾਏ ਬਿਨ ਦੁਆਰੇ ਤ੍ਰੈ ਲੋਕ ਸਮਾਏ ਬਿਨ ਦੁਆਰੇ
ਕਾ ਸੁਭਾਉ ਸਭ ਕੋਈ ਕਰੇ, ਮਨ ਕਾ ਸੁਭਾਉ ਸਭ ਕੋਈ ਕਰੇ, ਕਰਤਾ ਪਰ ਸੈ ਦੁਬਿਧਾ ਨਾ ਹੋਈ, ਰਾਮ ਰਵੇ ਜੋ ਕੋਈ, ਪਰ ਚੈ ਰਾਮ ਰਵੇ ਜੋ ਕੋਈ, ਪਰ ਚੈ ਜੀਵਤ ਮੁਕਤ ਸਦਾ ਨਿਰਵਾਨ, ਜੀਵਤ ਮੁਕਤ
ਸਹੀ ਦਸਵੀਂ ਕਵਿਓ ਬਾਚ ਬੇਨਤੀ ਚੌਪਈ ਅਮਰੀ ਕਰੋ ਹੱਥ ਦੇ ਰਚਾ ਪੂਰਨ ਹੋਏ ਚਿਤ ਕੇ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਿਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵੋ ਆਪ ਹੱਥ ਦੇ ਮੋਏ ਬਚਾਵੋ ਸੁਖੀ ਬਸੇ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰ ਤਾਰਾ ਮੋਰ ਅੱਛਾ ਨਿਜ ਕਰ ਦੇ ਕਰੀਐ ਸਭੈ ਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੇ ਰਹਿ ਪਿਆਸਾ ਤੁਮੇ ਛਾੜ ਕੋਈ ਔਰ ਨਾ ਕਿਆਉ ਜੋ ਪਰ ਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਜਨ ਸਤਰ ਹਮਾਰੇ ਮਾਰੀਐ ਆਪ ਹੱਥ ਦੇ ਮੁਝੇ ਉਭਰੀਐ ਮਰਨ ਕਾਲ ਕਾ ਤ੍ਰਾਸ ਨਵਾਰੀਐ ਪੂਜੋ ਸਦਾ ਹਮਾਰੇ ਪਛਾ ਸਿਰਸ ਤੁਝ ਜੋ ਕਰਿਓ ਰਚਾ ਰਾਖ ਲਿਓ ਮੋਇ ਰਾਖਣ ਹਾਰ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਦਾ ਪੁਰੀ ਤਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪ ਤਰਾ ਕਾਲ ਪਾਏ ਸਭ ਜੋ ਅਵਤਾਰਾ ਕਾਲ ਪਾਏ ਕਰ ਬਿਸ਼ਨ ਪ੍ਰਗਾਸਾ ਸਗਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋ ਕੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋ ਕੀਓ ਜਮਨ ਕਾਲ ਸਭ ਲੋਕ ਸਵਾਰਾ ਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਗ ਛਨਿ ਉਪਜਾਇਓ ਆਦ ਅੰਤ ਕੇ ਅਵਤਾਰਾ ਸੋਈ ਗੁਰੂ ਸਭ
समझो हमारा नमस्कार तिस ही को हमारी सगल प्रजा जिन आप सवार सेवकन को शिव गुण सुख दियो सतरन को पल मोहबत कियो कट कट के अंतर की जानत भले बुरे की तेर पछानत जीती ते कुंजर अस्तोला सब पर कृपा दृष्ट कर भोला संतन दुख पाए ते दुखी सुख पाए साधन के सुखी एक एक की पीर पछान कट कट के पट पट के जान जब उदकर्क करा कर तारा प्रजा तर्क तब दे अपारा जब अकर्क करतो कब जेते बदन श्रेष्ठ सब दार आप आपने मोजे उतार तुम सब ही ते रहत निरालम भेद भेद आलम निरंकार निर्विकार निर्लंब आद अनिल अनाद तांका मूड़ उचार तुभेदा को पेव न पाप तुभेदा तांको कर पान अनुमान महा मूड़ कछ भेद न जान महान देव को कह तु सदा शिव निरंकार का चिन्हत न पेव आप अपनी बुद्ध है जेती पिन पिन तो तुमरा लखा न जाए पसारा कुछ सजा प्रथम संसारा एक रूप अनूप स्वरूपा अंडज जेरज से तज कीनी कुछ खान बहो रच देने कहो फूल राजा हव बैठा सपट प्यो संतरे फैठा सगरी श्रेष्ठ दिखाए अचंभव आद जुगाद स्वरूप से अम्भव अब रक्षा मेरी तुम करो करो दुष्ट जिते उठवते उत पाता सगल मलेश करो रण काता जे अस तुझ तब सरणी परे के दुष्ट दुख तो हव मरे उर्क जवन पग परे तिहारे इनके तुम संकट सब तारे जो कल को एक बार ते काल निकटने रक्षा हुई ताए सब काला दुष्ट अरिष्ट करे तत्काला कृपा दृष्ट संजाय निहरो आके ताप तनक मो हरो और ए तो सिद्ध कर्म सब होई दुष्ट छा छै सके न कोई एक बार जिन तुम्हें संभारा पास ते ताए जिन नर नाम ते हारो कहा दुष्ट लोग ते रहा खड़ग केत में शरण तिहारी आप हाथ दे ले ओ बारे सर्व डोर मो सहाय दुष्ट लोग ते ले ओ बचाए खड़ग केत में शरण तिहारी आप हाथ दे ले ओ बारे सर्व डोर मो सहाय दुष्ट लोग ते ले राम कली महला तीजा नंद क्यूंकार सतगुर प्रसाद आनंद पिया मेरी माए सतगुरु में पाया रग रतन परिवार परियां शब्द गावने आईया कहे नानक आनंद हुआ सतगुरु में पाया हर नाल रतु मन मेरे दुख सब विसारना सब नांगल समरथ स्वामी सुख मनो विसारे साथे साहिबा क्या नहीं करते रे
ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸੱਚ ਨਾਮ ਮੇਰਾ ਆਧਾਰੋ ਪਰ ਸ਼ਾਂਤ ਸੁਖਮਨ ਆਯੂ ਸਿਆ ਜੇ ਨਿਛਾ ਸਪੂ ਜਾਇਆ ਕਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸੱਚ ਨਾਮ ਮੇਰਾ ਆਧਾਰੋ ਵਜੇ ਕੀਤੇ ਕਾਲ ਕੰਡ ਕੁਮਾਰਿਆ ਕਹੇ ਨਾਨਕ ਤੈ ਸੁਖੋ ਅਤ ਕਰਨ ਦਵਾਜੇ ਪਰ ਬ੍ਰਹਮ ਪ੍ਰਪਾਇਆ ਤ੍ਰਿ ਸਗਲੇ ਵਸੂਰੇ ਸੰਤ ਸਜਣ ਪੈ ਸਰਸੇ ਪੂਰੇ ਗੁਰ ਕੇ ਜਾਣ ਸੁਣਤੇ ਕਹਤੇ ਪਵੇ ਸਤ ਗੁਰੁ ਰਹਾ ਪਰ ਪੂਰੇ ਵਾਜੇ ਅਨਹਦ ਤੂੰ ਜੀ ਆਨੰਦ ਸੁਣ ਵਡ ਪਾਗਿਓ ਸਲੋਕ ਪੰਦਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹੈ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਭੁੱਲਾ ਚੁੱਕਾਂ ਦੀ ਕਿਵਾਂ ਬਖਸ਼ਣੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰਾਨਾ ਸ਼ੁਕਰਾਨਾ ਕਰੇ ਸ਼ੁਕਰਾਨਾ ਸਿਰ ਤਰ ਮਨ ਕਰੇ ਸ਼ੁਕਰਾਨਾ 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 ਜੈ ਗੁਰੂ ਜੀ ਕੀ ਅਬ ਹਮ ਮੰਤਰ ਜਾਪ ਕਰੇਂਗੇ ਸਦਾ
जय गुरु जी की।
ਸਵਾਮੀ।